ਤਰਨਤਾਰਨ ਸ਼ਹਿਰ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਔਰਤਾਂ ਪਾਸੋਂ ਪਰਸ ਮੋਬਾਈਲ ਖੋਹੇ ਜਾਣ ਸਮੇਤ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਦਿਨੋਂ ਦਿਨ ਨਿਰੰਤਰ ਵਾਧਾ ਹੋ ਰਿਹਾ ਹੈ। ਭਾਵੇਂ ਤਰਨਤਾਰਨ ਦੇ SSP ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ, ਪਰ ਬੀਤੇ ਦਿਨ ਸੁਰੱਖਿਆ ਪ੍ਰਬੰਧਾਂ ਨੂੰ ਅੰਗੂਠਾ ਦਿਖਾ ਕੇ ਤਰਨਤਾਰਨ ਦੀ ਦਾਣਾ ਮੰਡੀ ਵਿੱਚੋਂ, ਜਿੱਥੇ ਕਣਕ ਦਾ ਸੀਜ਼ਨ ਹੋਣ ਕਰਕੇ ਆੜ੍ਹਤੀਆਂ ਕਿਸਾਨਾਂ ਅਤੇ ਆਮ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਵਿੱਚੋਂ ਦੋ ਲੁਟੇਰੇ ਬੜੇ ਆਰਾਮ ਨਾਲ ਟਰੈਕਟਰ ਟਰਾਲਾ ਚੋਰੀ ਕਰਕੇ ਤੁਰਦੇ ਬਣੇ। ਇਸ ਸੰਬੰਧੀ ਸਾਡੇ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਟਰੈਕਟਰ ਟਰਾਲੇ ਦੇ ਮਾਲਕ ਸਰਬਜੀਤ ਸਿੰਘ ਪੁੱਤਰ ਸਵਰਨ ਸਿੰਘ, ਜੋ ਦਾਣਾ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦਾ ਹੈ, ਨੇ ਦੱਸਿਆ ਹੈ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਸਵਰਾਜ ਟਰੈਕਟਰ 744 ਮਾਡਲ 2003 ਅਤੇ 4 ਟਾਇਰਾਂ ਵਾਲਾ ਨਵਾਂ ਟਰਾਲਾ ਦੁਕਾਨ ਨੰਬਰ 155 ਦੇ ਸ਼ੈੱਡ ਵਿੱਚ ਲਗਾਇਆ ਹੋਇਆ ਸੀ, ਜਿੱਥੋਂ ਦੁਪਹਿਰ ਦੇ ਸਮੇਂ 2 ਚੋਰ ਟਰੈਕਟਰ ਟਰਾਲਾ ਚੋਰੀ ਕਰਕੇ ਲੈ ਗਏ। ਉਸਨੇ ਦੱਸਿਆ ਕਿ ਮੰਡੀ ਵਿੱਚ ਲੱਗੇ CCTV ਕੈਮਰਿਆਂ ਵਿੱਚ ਮੂੰਹ ਢੱਕ ਕੇ 2 ਚੋਰ ਬੜੇ ਆਰਾਮ ਨਾਲ ਟਰੈਕਟਰ ਟਰਾਲਾ ਲਿਜਾ ਰਹੇ ਸਨ। ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ FIR ਨੰਬਰ 101/19 ਧਾਰਾ 379 IPC ਤਹਿਤ ਕੇਸ ਦਰਜ ਕਰ ਲਿਆ ਹੈ। ਦੂਸਰੇ ਪਾਸੇ ਇਸ ਕੇਸ ਦੀ ਤਫਤੀਸ਼ ਕਰ ਰਹੇ ਚੌਂਕੀ ਇੰਚਾਰਜ ਬੱਸ ਸਟੈਂਡ ਮਨਜੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਦੇ ਆਸ ਪਾਸ ਸੜਕਾਂ 'ਤੇ ਲੱਗੇ ਹੋਏ CCTV ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਤਰਨ ਤਾਰਨ ਤੋਂ ਗੁਰਪ੍ਰੀਤ ਸਿੰਘ ਭਗਤ ਦੀ ਵਿਸ਼ੇਸ਼ ਰਿਪੋਰਟ। ਮੈਂ ਬਲਵਿੰਦਰ ਸਿੰਘ, ਪਿੰਡ ਬਹਿਲੇ ਤੋਂ ਸਾਬਕਾ ਸਰਪੰਚ। ਇਹ ਇਸ ਦੀ ਆੜ੍ਹ 'ਤੇ ਅਸੀਂ ਚਿਰ ਤੋਂ ਆਉਣ ਡੇ ਹਾਂ। ਇਹ ਸਰਬਜੀਤ ਸਿੰਘ ਦੀ ਆੜ੍ਹ 'ਤੇ ਆ ਅਤੇ ਇੱਥੇ ਅਸੀਂ ਬੈਠੇ ਇਕੱਠੇ ਹੀ ਇੱਥੇ। ਜਦੋਂ ਅੱਜ ਮਾਲ ਲਿਆਉਂਦਾ ਸੀ ਅਤੇ ਮਾਲ ਲਿਆਉਂਦਾ ਅਤੇ ਜਦੋਂ 2:30 ਵਜੇ ਹੈ ਨਾ, ਪਹਿਲਾਂ ਟਰਾਲਾ ਟਰੈਕਟਰ ਅਸੀਂ ਆ ਵੇਖਿਆ ਅਤੇ ਖਲੋਤਾ ਸੀ 1:45 ਵਜੇ, ਆਪਣਾ ਤਕਰੀਬਨ 1:30 ਵਜੇ ਇੱਥੋਂ ਗਏ ਹਾਂ ਅਤੇ ਜਦੋਂ ਅਸੀਂ 2 ਵਜੇ ਅੰਦਰੋਂ ਨਿਕਲੇ ਹਾਂ ਹਿਸਾਬ ਕਿਤਾਬ ਕਰਕੇ, ਅਤੇ ਇੱਥੇ ਟਰੈਕਟਰ ਵਾਲਾ ਹੀ ਨਾ ਮੁੜ ਕੇ ਉਸੇ ਵੇਲੇ ਅਸੀਂ ਜਾ ਕੇ ਆਪਣੀ ਟਰਾਲੇ ਦੀ ਭਾਲ ਕੀਤੀ, ਭੱਜੇ ਭੁੱਜੇ 4 ਸਵੇਰੇ ਸਾਰਿਆਂ ਨੂੰ ਕੀਤਾ। ਅਸੀਂ ਇਹਦੇ ਵਿੱਚੋਂ ਕਢਾਇਆ, ਇੱਥੇ ਜਿਹੜਾ ਲੱਗਿਆ ਆਪਣਾ ਮੰਡੀ ਦੇ ਵਿੱਚ ਕੈਮਰੇ, ਉਹਦੇ ਵਿੱਚੋਂ ਵੀ ਕਢਵਾਇਆ ਅਤੇ ਉਹ ਇੱਕ ਖੱਟੇ ਜਿਹੇ ਮੂੰਹ ਲੇਟਿਆ ਟਰੈਕਟਰ ਦੇ ਵਿੱਚ ਲਗਾਉਣ ਡਿਆ ਵਾ, ਅਤੇ ਇੱਕ ਮਗਰ ਲੱਗਾ ਚਿੱਟੇ ਆਪਣਾ ਮੂੰਹ ਸਿਰ ਵੇਟ ਕੇ ਗਾੜੀ ਜਾਣ ਡਿਆ। 3 ਉਹਦੇ ਨਾਲ ਬੰਦੇ ਜਾਣ ਡਏ ਆ, 2 ਬੰਦੇ ਨਾਲ ਤੀਜਾ ਚਲਾਉਣ ਡਿਆ ਵਾ। ਅਸੀਂ ਇਹਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹੋ ਜਿਹਾ ਕਿਸਾਨਾਂ ਦੇ ਜੇ ਇਸ ਤਰ੍ਹਾਂ ਦੇ ਸੰਦ ਜਾਣ ਡੈ ਗਏ ਜਾਂ ਆੜ੍ਹਤੀਆਂ ਦੀਆਂ ਛਾਇਆਂ ਚੋਰੀ ਹੋਣ ਡੈ ਗਈਆਂ, ਇਹ ਆੜ੍ਹਤ ਕਿੱਦਾਂ ਚੱਲੂਗੀ? ਇਹਨੇ ਰਕਮਾਂ ਦੀਆਂ ਛਾਇਆਂ 'ਤੇ ਕਣਕ ਕਿੰਨੀ ਲੱਗੀ ਇੱਕਦਮ ਦੇ ਗਰਾਉਂਡ 'ਚ, ਕਣਕ ਇੱਥੇ ਚੋਰੀ ਹੋਣ ਡੈ ਗਈ, ਟਰਾਲੇ ਚੋਰੀ ਹੋਣ ਡੈ ਗਏ, ਅਤੇ ਇੱਦਾਂ ਕਿੱਦਾਂ ਇਹ ਯਕੀਨੀ ਹੋਏ? ਪ੍ਰਸ਼ਾਸਨ ਤੋਂ ਜ਼ੋਰ ਅਪੀਲ ਕਰਦੇ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਦਾ ਮੁਹੱਈਆ ਕਰਾਇਆ ਜਾਵੇ ਅਤੇ ਇਹਨਾਂ ਦੀ ਗਾਂ ਸੁਰੱਖਿਆ ਵਧੇ ਅਤੇ ਟਰੈਕਟਰ ਟਰਾਲਾ ਵਾਪਸ ਕੀਤਾ ਜਾਵੇ। ਜਿੱਥੇ ਵੀ ਕਿਤੇ ਵੇਖੋ ਧਿਆਨ ਨਾਲ ਲੱਭ ਕੇ ਇਹਨਾਂ ਦਾ ਵਾਪਸ ਕੀਤਾ ਜਾਵੇ। ਅਸੀਂ ਕੰਪਲੇਂਟ ਕੀਤੀ ਆ ਬੱਸ ਸਟੈਂਡ ਤਰਨ ਤਾਰ ਚੌਂਕੀ, ਉਹਨਾਂ ਨੂੰ ਕੰਪਲੇਂਟ ਕੀਤਾ, ਉਹਨਾਂ ਕੰਪਲੇਂਟ ਦੇ ਆਧਾਰ 'ਤੇ ਉਹਨਾਂ ਕੱਲ੍ਹ ਪਰਚਾ ਵੀ ਕੀਤਾ। ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਸਾਡਾ ਛੇਤੀ ਛੇਤੀ ਟਰਾਲਾ ਟਰੈਕਟਰ ਲੱਭ ਕੇ ਮਾਲਕ ਨੂੰ ਦਿੱਤਾ ਜਾਵੇ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਮੰਡੀ ਅਤੇ ਮੰਡੀ ਦੀ ਸੁਰੱਖਿਆ ਕੀਤੀ ਜਾਵੇ। ਦੋਵੇਂ ਇੱਥੇ ਦਾਣੇ ਦੇ ਭੰਡਾਰ ਲੱਗੇ ਪਏ ਆ ਅਤੇ ਜੇ ਤਾਂ ਲੋਕ ਚੁੱਕ ਚੁੱਕ ਲੈ ਗਏ ਅਤੇ ਕਾਹਦੀ ਸੁਰੱਖਿਆ ਆਪਣੀ? ਇਹ ਅਸੀਂ DC ਸਾਹਿਬ ਨੂੰ ਅਤੇ SSP ਨੂੰ
ਅਪੀਲ ਕਰਦੇ ਹਾਂ ਵੀ ਇਹ ਸੁਰੱਖਿਆ ਵਧਾਈ ਜਾਵੇ, ਇਹ ਜਗ੍ਹਾ ਘਨੌਣੀ ਹਰਕਤ ਨਾ ਹੋਵੇ। ਅਸੀਂ ਦਾਣਾ ਮੰਡੀ ਤਰਨ ਤਾਰਨ ਦੇ ਆੜ੍ਹਤੀ ਹਾਂ। ਇੱਥੋਂ ਪਰਸੋਂ ਇੱਕ ਟਰੈਕਟਰ ਚੋਰੀ ਹੋ ਗਿਆ ਸਰਬਜੀਤ ਸਿੰਘ ਦਾ। ਇੱਥੇ ਬਹੁਤ ਜ਼ਿਆਦਾ ਮੰਦਾ ਹਾਲ ਆ। ਜੇ ਇਸ ਤਰ੍ਹਾਂ ਹੀ ਮੰਡੀ ਦੇ ਵਿੱਚ ਟਰੈਕਟਰ ਜਿਹੜਾ ਕਿ ਆਮ ਟਰੈਕਟਰ ਘੱਟ ਤੋਂ ਘੱਟ 100-100, 2-2, 3-3, 400 ਟਰੈਕਟਰ ਰੋਜ਼ ਆਉਂਦਾ, ਉਹਦੇ ਆਉਣ ਦੇ ਬਾਵਜੂਦ ਇੰਨੀ ਸੁਰੱਖਿਆ ਇੱਥੇ ਨਹੀਂ ਹੈਗੀ ਕਿ ਇੱਕ ਟਰੈਕਟਰ ਦਿਨ ਦਿਹਾੜੇ ਚੋਰੀ ਹੋ ਜਾਵੇ 1:30 ਵਜੇ ਦੇ ਕਰੀਬ। ਇਹ ਬਹੁਤ ਬੜਾ ਹਾਲ ਆ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਇੱਥੇ ਸਹੂਲਤ ਦਿੱਤੀ ਜਾਵੇ ਸੁਰੱਖਿਆ ਦੀ, ਅਤੇ ਸਾਡੀ ਜਿਹੜਾ ਕੋਈ ਚੀਜ਼ ਮੋਟਰਸਾਈਕਲ, ਸਕੂਟਰ, ਟਰੈਕਟਰ ਨਾ ਚੋਰੀ ਕੀਤਾ ਜਾਵੇ, ਇੱਥੇ ਸੁਰੱਖਿਆ ਵਧਾਈ ਜਾਵੇ। ਅਸੀਂ SSP ਸਾਹਿਬ ਅਤੇ DC ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਸੁਰੱਖਿਆ ਵਧਾਈ ਜਾਵੇ ਔਰ ਛੇਤੀ ਤੋਂ ਛੇਤੀ ਸਬਜ਼ੀ ਦਾ ਜਿਹੜਾ ਟਰੈਕਟਰ ਅਤੇ ਟਰਾਲੀ ਆ ਉਹ ਲੱਭ ਕੇ ਇਹਨਾਂ ਨੂੰ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਸਰ, ਦਾਣਾ ਮੰਡੀ ਦੇ ਵਿੱਚ ਟਰੈਕਟਰ ਟਰਾਲੀ ਚੋਰੀ ਹੋਇਆ ਸਰਬਜੀਤ ਸਿੰਘ ਦਾ, ਇਸ ਸੰਬੰਧੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਇਸ ਸੰਬੰਧੀ ਮੁਕੱਦਮਾ ਨੰਬਰ 101 ਜੁਰਮ 379 IPC ਦਾ ਪਰਚਾ ਦਿੱਤਾ, ਅਤੇ ਬਾਕੀ ਉਸ ਦਿਨ ਦੀਆਂ ਜਿਹੜੀਆਂ ਮੰਡੀ ਵਿੱਚ ਲੱਗੇ ਕੈਮਰੇ ਦੀਆਂ CC ਫੋਟੋਆਂ ਲੈ ਰਹੇ ਹਾਂ, ਉਹ ਤੋਂ ਚੋਰ ਦੀ ਤਸਦੀਕ ਕਰਕੇ ਅਤੇ ਅਗਲੀ ਵਾਰ ਇਹਨੂੰ ਗ੍ਰਿਫਤਾਰ ਕੀਤਾ ਜਾਵੇ।